ਸਤ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਐਗਜ਼ਾਮ ਜੋਬ ਆਫ ਦੇ ਵਿੱਚ ਤੇ ਦੋਸਤੋ ਆਈ ਹੋਪ ਸਾਰੇ ਕੈਂਡੀਡੇਟ ਨੇ ਪਟਵਾਰੀ ਦੇ ਐਗਜ਼ਾਮ ਦੀ ਜੋ ਆਨਸਰ ਕੀ ਹੈ ਉਹ ਚੈੱਕ ਕਰ ਲਈ ਹੋਵੇਗੀ ਤੇ ਜੇਕਰ ਤੁਸੀਂ ਆਨਸਰ ਕੀ ਨਹੀਂ ਚੈੱਕ ਕੀਤੀ ਤਾਂ ਤੁਸੀਂ ਆਨਸਰ ਕੀ ਨੂੰ ਚੈੱਕ ਕਰ ਸਕਦੇ ਹੋ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਸੈਟ A B C D ਦੀ ਸਾਰੀ ਆਨਸਰ ਕੀ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਉਥੋਂ ਡਾਊਨਲੋਡ ਕਰਕੇ ਆਪਣੀ ਆਨਸਰ ਕੀ ਨੂੰ ਚੈੱਕ ਕਰ ਸਕਦੇ ਹੋ ਤੇ ਹੁਣ ਜੋ ਨਵਾਂ ਨੋਟਿਸ ਆ ਚੁੱਕਾ ਹੈ ਇਸ ਐਗਜ਼ਾਮ ਦੇ ਰਿਗਾਰਡਿੰਗ ਤੇ ਜੇਕਰ ਤੁਸੀਂ ਕੋਈ ਵੀ ਆਨਲਾਈਨ ਕੋਈ ਕਿਸੇ ਕੁਐਸਚਨ ਦੇ ਉੱਤੇ ਓਬਜੈਕਸ਼ਨ ਕਰਨਾ ਹੈ ਤਾਂ ਤੁਸੀਂ ਕਿਵੇਂ ਓਬਜੈਕਸ਼ਨ ਕਰ ਸਕਦੇ ਹੋ ਤੇ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੰਗਾ ਤੇ ਪਲੀਜ਼ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਦੇ ਹੋ ਤੇ ਚਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਇੱਥੇ ਦੇਖ ਸਕਦੇ ਹੋ ਕਿ 17 ਤਰੀਕ ਜਾਨੀ ਕਿ ਅੱਜ ਦਾ ਹੀ ਨੋਟੀਫਿਕੇਸ਼ਨ ਆਇਆ ਹੈ ਤੇ ਚਲੋ ਤੁਹਾਨੂੰ ਦੱਸਦਾ ਹਾਂ ਕਿ ਕਿਵੇਂ ਤੁਸੀਂ ਓਬਜੈਕਸ਼ਨ ਕਰ ਸਕਦੇ ਹੋ ਕਿਸੇ ਵੀ ਕੁਐਸਚਨ ਦੇ ਉੱਤੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਈਟ ਓਪਨ ਹੋ ਚੁੱਕੀ ਹੈ ਤੇ ਇੱਥੇ ਜੋ ਐਗਜ਼ਾਮੀਨੇਸ਼ਨ ਲਿਆ ਗਿਆ ਸੀ 14 ਮਈ 2023 ਨੂੰ ਐਗਜ਼ਾਮੀਨੇਸ਼ਨ ਲਿਆ ਗਿਆ ਸੀ ਤੇ ਪਟਵਾਰੀ ਦੇ ਨਾਲ-ਨਾਲ ਬਹੁਤ ਸਾਰੇ ਹੋਰ ਐਗਜ਼ਾਮ ਜੋ ਲਏ ਗਏ ਸੀ ਜਿਵੇਂ ਕਿ ਅਸਿਸਟੈਂਟ ਟ੍ਰੇਜ਼ਰ ਦਾ ਗੈਲਰੀ ਅਸਿਸਟੈਂਟ ਫੀਲਡ ਆਰਟਿਸਟ ਕੈਟਾਲੋਗਰ ਬੁੱਕ ਬਾਈਂਡਰ ਜੂਨੀਅਰ ਟੈਕਨੀਕਲ ਅਸਿਸਟੈਂਟ ਦਾ ਤੇ ਇਹਨਾਂ ਸਾਰਿਆਂ ਦਾ ਜੋ ਇਕੱਠੇ ਇਬਜੈਕਸ਼ਨ ਆਉ ਤੁਸੀਂ ਕਰ ਸਕਦੇ ਹੋ ਕਿਸੇ ਵੀ ਕੁਐਸਚਨ ਉੱਤੇ ਤੇ ਇਹ ਓਬਜੈਕਸ਼ਨ ਤੁਸੀਂ ਕਦੋਂ ਤੱਕ ਕਰ ਸਕਦੇ ਹੋ ਇੱਥੇ ਡੇਟ ਦੱਸੀ ਗਈ ਹੈ ਤੇ ਨਾਲ ਫੀਸ ਕਿੰਨੀ ਹੋਣ ਵਾਲੀ ਹੈ ਹਰ ਇੱਕ ਜੋ ਕੁਐਸਚਨ ਦੇ ਉੱਤੇ ਤੁਸੀਂ ਉਸ ਨੂੰ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਪਹਿਲਾਂ ਤੁਸੀਂ ਇੱਥੇ ਜੋ ਨੋਟਿਸ ਹਨ ਉਸ ਨੂੰ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੀ 19 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਓਬਜੈਕਸ਼ਨ ਲਗਾ ਸਕਦੇ ਹੋ ਹਰ ਇੱਕ ਓਬਜੈਕਸ਼ਨ ਲਈ 100 ਰੁਪਏ ਦੀ ਫੀਸ ਰੱਖੀ ਗਈ ਹੈ ਜੋ ਕਿ ਤੁਸੀਂ ਡਿਮਾਂਡ ਡਰਾਫਟ ਸੈਪਰੇਟਲੀ ਡਿਮਾਂਡ ਡਰਾਫਟ ਭੇਜਣਾ ਹੈ ਇਹਨਾਂ ਦੇ ਪਤੇ ਉੱਤੇ ਤੇ ਇਹ ਦੇਖ ਸਕਦੇ ਹੋ ਇਹ ਪਤਾ ਹੈ ਇਹਨਾਂ ਦੇ ਜੋ ਡਿਮਾਂਡ ਡਰਾਫਟ ਤੁਸੀਂ ਭੇਜਣਾ ਹੈ जो थी तो सक्सैसफुल जो ऑब्जेक्शन वो लग जाएगी उस तो बाद देख सकते हो कि जो फाइनल आंसर की तो पहला पहला ऑबजेक्शन कर सकते हो तो डेट जो लास्ट डेट है इसकी कर दी उस तो पहले ऑबजैक्शन करना है नहीं तो उस तो बाद कोई भी तोड़ा ऑबजेक्शन नहीं मनिया जाएगा ऑबजैक्शन किमें लगा है वह चैक कर सकते हो इतक द दसिया गया है तो इतने क्लिक करना है ਤੇ ਇਸ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਵੀ ਮਿਲ ਜਾਵੇਗਾ ਉਹ ਤੋਂ ਤੁਸੀਂ ਸਿੱਧਾ ਵਿਜ਼ਿਟ ਕਰਕੇ ਇਸ ਪੇਜ ਤੇ ਆ ਸਕਦੇ ਹੋ ਤੇ ਅਬਜੈਕਸ਼ਨ ਨੂੰ ਲਗਾ ਸਕਦੇ ਹੋ ਤੇ ਇੱਥੇ ਜੋ ਸਭ ਕੁਝ ਡਿਟੇਲ ਦੱਸੀ ਗਈ ਹੈ ਸਭ ਤੋਂ ਪਹਿਲਾਂ ਜੀ ਤੁਸੀਂ ਐਗਜ਼ਾਮ ਕਿਹੜੇ ਵਾਸਤੇ ਜੋ ਅਬਜੈਕਸ਼ਨ ਨੂੰ ਲਗਾਣਾ ਹੈ ਅ ਅਸਿਸਟੈਂਟ ਟ੍ਰੇਜ਼ਰ ਬੁੱਕ ਬਾਈਂਡਰ ਜਾਂ ਪਟਵਾਰੇ ਦੇ ਐਗਜ਼ਾਮ ਲਈ ਤੁਸੀਂ ਇਸ ਨੂੰ ਸਿਲੈਕਟ ਕਰਨਾ ਹੈ ਜਿਹੜਾ ਵੀ ਤੁਸੀਂ ਐਗਜ਼ਾਮ ਦਿੱਤਾ ਹੈ ਰੋਲ ਨੰਬਰ ਤੁਸੀਂ ਇੱਥੇ ਭਰਨੇ ਹੈ ਰੋਲ ਨੰਬਰ ਤੁਹਾਡੇ ਜੋ ਬੁੱਕਲੇਟ ਤੇ ਵੀ ਹੋਵੇਗਾ ਤੁਹਾਡੇ ਕੋਲ ਜੋ ਐਡਮਿਟ ਕਾਰਡਾ ਹੋਵੇਗਾ ਉਸ ਤੇ ਵੀ ਹੋਵੇਗਾ ਮੈਸੇਜ ਆਇਆ ਹੋਵੇਗਾ ਤੁਹਾਨੂੰ ਉੱਥੋਂ ਤੁਸੀਂ ਦੇਖ ਕੇ ਰੋਲ ਨੰਬਰ ਨੂੰ ਭਰਨਾ ਹੈ ਤੇ ਐਪਲੀਕੇਸ਼ਨ ਨੰਬਰ ਨੂੰ ਵੀ ਭਰਨਾ ਹੈ ਡੇਟ ਆਫ ਬਰਥ ਭਰਨੀ ਹੈ ਤੇ ਚਲੋ ਫਿਲਪ ਕਰਦੇ ਹਾਂ ਇਸ ਡਿਟੇਲ ਨੂੰ ਤੇ ਦੋਸਤੋ ਇਹ ਡਿਟੇਲ ਪੜ ਦਿੱਤੀ ਹੈ ਰੋਲ ਨੰਬਰ ਪਾ ਦੇਣਾ ਹੈ ਐਪਲੀਕੇਸ਼ਨ ਨੰਬਰ ਕਿਵੇਂ ਬਣਾਇਆ ਇਹ ਤੁਸੀਂ ਧਿਆਨ ਨਾਲ ਦੇਖਿਓ ਇੱਥੇ ਲਿਖਿਆ ਹੈ ਪੀ ਡੀਪ ਪਲੱਸ ਪੀ ਬੀ ਜੇ ਇਹ ਤੁਸੀਂ ਕੁਝ ਵੀ ਨਹੀਂ ਲਿਖਣਾ ਉਸ ਤੋਂ ਅੱਗੇ ਦੇ ਜੋ ਡਿਜੀਟ ਹਨ ਉਹ ਤੁਸੀਂ ਇੱਥੇ ਲਿਖਨੇ ਹਨ ਤੇ ਇਸ ਨੂੰ ਇੱਥੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਜੋ ਪਹਿਲਾਂ ਤੋਂ ਹੀ ਪੀ ਡੀਪ ਟ੍ਰिपल ਪਲੱਸ ਬੀ ਕੇ ਜਾਂ ਜੇ ਇੱਥੇ ਲਿਖਿਆ ਹੋਇਆ ਹੈ ਤੁਸੀਂ ਡਿਜੀਟ ਹੀ ਲਿਖਨੇ ਹਨ ਤੇ ਡੇਟ ਆਵਰ ਤੁਹਾਨੂੰ ਪਾਣਾ ਹੈ ਪਹਿਲੇ ਤੁਹਾਡਾ ਡੇ ਫਿਰ ਮਨਤ ਫਿਰ ਈਅਰ ਆਵੇਗਾ ਫਿਰ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਹੈ ਤੇ ਜਿਵੇਂ ਹੀ ਤੁਸੀਂ ਇਸ ਡਿਟੇਲ ਨੂੰ ਇੱਥੇ ਭਰੋਗੇ ਤਾਂ ਤੁਹਾਡੇ ਸਾਹਮਣੇ ਸਾਰੀ ਡਿਟੇਲ ਆ ਜਾਵੇਗੀ ਤੁਹਾਡੇ ਫਾਦਰ ਮਾਦਰ ਦਾ ਨਾਮ ਆ ਜਾਵੇਗਾ ਜੇਕਰ ਸਾਰੀ ਡਿਟੇਲ ਸਹੀ ਹੋਵੇਗੀ ਤਾਂ ਬਾਕੀ ਤੁਸੀਂ ਦੇਖ ਸਕਦੇ ਹੋ ਤੁਹਾਡਾ ਐਗਜ਼ਾਮੀਨੇਸ਼ਨ ਸੈਂਟਰ ਵੀ ਆ ਜਾਵੇਗਾ ਐਗਜ਼ਾਮ ਟਾਈਮ ਐਗਜ਼ਾਮ ਡੇਟ ਤੇ ਤੁਹਾਡੀ ਡੇਟ ਉਹਦਾ ਸਭ ਕੁਝ ਇੱਥੇ ਆ ਜਾਵੇਗਾ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕੁਐਸਚਨ ਬੁੱਕਲੇਟ ਸੈੱਟ ਕਿਹੜਾ ਤੁਹਾਨੂੰ ਬੁੱਕਲੇਟ ਆਇਆ ਸੀ ਤੁਸੀਂ ਉਸ ਨੂੰ ਇੱਥੇ ਸਿਲੈਕਟ ਕਰਨਾ ਹੈ ਕੁਐਸਚਨ ਨੰਬਰ ਕਿਹੜੇ ਤੇ ਤੁਸੀਂ ਜੋ ਆਬਜੈਕਸ਼ਨ ਲਗਾਣਾ ਹੈ ਉਹ ਤੁਸੀਂ ਇੱਥੇ ਭਰ ਦੇਣਾ ਹੈ ਕਿ ਜਿੰਨੇ ਵੀ ਤੁਹਾਡੇ ਕੁਐਸਚਨ ਹੋਣਗੇ ਕਿਹੜੇ ਵਿੱਚ ਤੁਸੀਂ ਓਬਜੈਕਸ਼ਨ ਲਗਾਣਾ ਹੈ ਜਿਵੇਂ ਕਿ ਅਸੀਂ ਇੱਥੇ ਸਿਲੈਕਟ ਕਰ ਲਿਆ 148 ਇੱਥੇ ਸਿਲੈਕਟ ਕਰ ਲਿਆ ਕੁਐਸਚਨ ਇਸ਼ੂ ਕੀ ਹੈ ਉਹ ਤੁਸੀਂ ਦੇਖ ਸਕਦੇ ਹੋ ਡਾਇਗਰਾਮ ਮਿਸਿੰਗ ਜਾਂ ਫਿਗਰ ਡਾਇਗਰਾਮ ਮਿਸਿੰਗ ਕਰੈਕਟ ਮੋਸਟ ਐਪਰੋਪ੍ਰੀਏਟ ਆਪਸ਼ਨ ਨਾਟ ਅਵੇਲੇਬਲ ਇਨ ਆਪਸ਼ਨ ਰੋਂਗ ਕੁਐਸਚਨ ਜੋ ਵੀ ਤੁਹਾਨੂੰ ਸਹੀ ਲੱਗਦਾ ਹੋਵੇ ਜੋ ਤੁਹਾਡੇ ਕੁਐਸਚਨ ਗਲਤ ਹਨ ਉਸ ਦੇ ਵਿੱਚ ਕੀ ਮਿਸਿੰਗ ਸੀ ਤੁਸੀਂ ਉਸ ਨੂੰ ਇੱਥੇ ਜੋ ਸਿਲੈਕਟ ਕਰ ਸਕਦੇ ਹੋ ਆਦਰ ਇਸ਼ੂ ਹੈ ਤਾਂ ਤੁਸੀਂ ਇਸ ਤੇ ਵੀ ਜੋ ਟਿਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਅਪਲੋਡ फी पेमेंट डॉक्यूमेंट ਤੇ ਉਸ ਤੋਂ ਬਾਅਦ ਅਪਲੋਡ ਪ੍ਰੂਫ ਸਪੋਰਟਿੰਗ objection ਤੁਸੀਂ ਕੋਈ ਪ੍ਰੂਫ ਦੇਣਾ ਹੈ ਕਿ ਜਿਹੜਾ ਤੁਸੀਂ ਆਨਸਰ ਦੱਸ ਰਹੇ ਹੋ ਉਹ ਸਹੀ ਆਨਸਰ ਹੈ ਤਾਂ ਤੁਸੀਂ ਪ੍ਰੂਫ ਵੀ ਦੱਸਣਾ ਹੈ ਤਾਂ ਇੱਥੇ ਤੁਸੀਂ ਉਸ ਦੀ ਫੋਟੋ ਨੂੰ ਇੱਥੇ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾ ਹੈ ਤੇ ਇਸ ਤੋਂ ਬਾਅਦ ਜੋ ਕਿ ਤੁਹਾਡੀ ਅਪਲੋਡ ਫੀ ਪੇਮੈਂਟ ਹੈ ਡਾਕੂਮੈਂਟ ਹੈ ਜਿਵੇਂ ਕਿ ਤੁਹਾਡਾ ਡਿਮਾਂਡ ਡਰਾਫਟ ਹੈ ਉਸ ਨੂੰ ਤੁਸੀਂ ਪਹਿਲਾਂ ਹੀ ਜਮ੍ਹਾਂ ਕਰਾਉਣਾ ਹੈ ਉਸ ਤੋਂ ਬਾਅਦ ਉਸ ਨੂੰ ਇੱਥੇ ਅਪਲੋਡ ਕਰਨਾ ਹੈ ਤੇ ਇਹ ਸਭ ਕਰਨ ਤੋਂ ਬਾਅਦ ਤੁਹਾਡਾ ਜੋ ਆਬਜੈਕਸ਼ਨ ਹੈ ਉਹ ਸਹੀ ਤਰੀਕੇ ਨਾਲ ਇੱਥੇ ਫਿਲਪ ਹੋ ਜਾਵੇਗਾ ਤੇ ਤੁਸੀਂ ਕੋਈ ਵੀ ਕੁਐਸਚਨ ਉੱਤੇ ਆਬਜੈਕਸ਼ਨ ਲਗਾ ਸਕਦੇ ਹੋ ਹਰ ਇੱਕ ਕੁਐਸਚਨ ਵਾਸਤੇ ਇੱਕ ਕੁਐਸਚਨ ਵਾਸਤੇ 100 ਰੁਪਏ ਫੀਸ ਰੱਖੀ ਗਈ ਹੈ ਤੇ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ ਤੇ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਕਿ ਪਟਵਾਰੀ ਦੇ ਐਗਜ਼ਾਮ ਦੇ ਤੁਸੀਂ ਓਬਜੈਕਸ਼ਨ ਕਿਵੇਂ ਲਗਾਨੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਹੈ ਤੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈਨ ਜਵਾ